ਗੁਰਬਖਸ਼ ਸਿੰਘ ਦੀ ਕਹਾਣੀ ਦਿਲ ਦੌਲਤ ਦੇ ਹੀਰੇ ਪੰਨੇ ਮਧੂਰੀ ਦਾ ਨਾਮ ਉਹਦੀ ਮਿੱਠੀ ਤਬੀਅਤ ਤੋਂ ਉਹਦੇ ਮਾਪਿਆਂ ਨੇ ਰੱਖਿਆ ਸੀ ਭਾਵੇਂ ਅੱਖਾਂ ਉਹਦੀਆਂ ਨਿਰਜੋਤ ਸਨ ਪਰ ਕੋਈ ਚਾਨਣਾ ਦਿਲ ਉਹਦੇ ਬੋਲਾਂ 'ਚੋਂ ਲਿਸ਼ਕਦਾ ਉਹਦੇ ਮੂੰਹ ਨੂੰ ਰੌਸ਼ਨ ਰੱਖਦਾ ਸੀ ਦੋ ਵਰਿਆਂ ਦੀ ਸੀ ਕਿ ਉਹਦੀਆਂ ਅੱਖਾਂ 'ਚ ਕੋਈ ਇਹੋ ਜੀ ਤਕਲੀਫ ਹੋ ਗਈ ਸੀ ਕਿ ਸ਼ਹਿਰੋਂ ਦੂਰ ਕਿਤੇ ਜਾ ਕੇ ਕੋਈ ਬੜਾ ਮਹਿੰਗਾ ਇਲਾਜ ਉਹਦੀਆਂ ਅੱਖਾਂ ਬਚਾ ਸਕਦਾ ਦੱਸੀਦਾ ਸੀ ਉਹਦਾ ਪਿਤਾ ਹਿਰਦੇਨਾਥ ਕਮੇਟੀ ਦੇ ਦਫਤਰ 'ਚ ਛੋਟਾ ਕਲਰਕ ਸੀ ਕਿਦਰੇ ਨੇ ਕਿਦਰੇ ਹੱਥ ਨਾ ਪਿਆ ਤੇ ਮਾਦੁਰੀ ਦੋਹਾਂ ਅੱਖਾਂ ਤੋਂ ਅੰਨੀ ਹੋ ਗਈ ਤਾਂ ਵੀ ਹਿਰਦੇਨਾਥ ਛੇਤੀ ਨਿਰਾਸ਼ ਹੋਣ ਵਾਲਾ ਆਦਮੀ ਨਹੀਂ ਸੀ ਦੋ ਵਾਰੀ ਉਹਦੀ ਹੈੱਡ ਕਲਰਕ ਹੋਣ ਦਾ ਮੌਕਾ ਆਇਆ ਪਰ ਮਹਿਕਮਾ ਉਤੇ ਖੁਸ਼ ਨਹੀਂ ਸੀ ਜਦੋਂ ਕਦੇ ਤਨਖਾਹ ਜਾਂ ਛੁੱਟੀਆਂ ਤੋਂ ਛੋਟੇ ਮੁਲਾਜ਼ਮਾਂ ਦਾ ਮਹਿਕਮੇ ਨਾਲ ਝਗੜਾ ਹੁੰਦਾ ਤਾਂ ਉਹਨਾਂ ਦਾ ਆਗੂ ਨਾ ਹੁੰਦਿਆਂ ਵੀ ਉਹਨਾਂ ਦਾ ਹਾਂ ਪੱਖੀ ਹੁੰਦਾ ਤੇ ਜੇ ਉਹ ਐਡਾ ਜ਼ਿੰਮੇਵਾਰ ਕੰਮਾ ਨਾ ਹੁੰਦਾ ਤੱਕ ਕਦੇ ਤਾਂ ਉਹਨੂੰ ਨੌਕਰੀਆਂ ਜਵਾਬ ਮਿਲ ਗਿਆ ਹੁੰਦਾ ਮਾਧੂਰੀ ਦੀ ਮਾਂ ਨੇ ਵੀ ਕਮੇਟੀ ਦੇ ਪ੍ਰਾਇਮਰੀ ਸਕੂਲ 'ਚ ਨੌਕਰੀ ਕਰ ਲਈ ਸੀ ਤਰੱਕੀ ਭਾਵੇਂ ਉਹਦੀ ਵੀ ਕੋਈ ਨਾ ਹੋਈ ਪਰ ਇਹਦੀ ਸੁੱਚਜਤਾ ਤੇ ਕੁੜੀਆਂ ਨਾਲ ਬਣਾਈ ਕਰਕੇ ਇਹ ਸਕੂਲ ਦਾ ਨਿਖੜ ਵਾਂਗ ਮੰਨੀ ਜਾਂਦੀ ਸੀ ਪਤਨੀ ਪਤੀ ਦੋਵੇਂ ਆਪਣੀ ਕਮਾਈ ਦਾ ਬਹੁਤਾ ਹਿੱਸਾ ਮਾਧੂਰੀ ਦੀ ਪਰਵਰਿਸ਼ ਉਤੇ ਖਰਚ ਕਰਦੇ ਰਹੇ ਉਹਨੂੰ ਉਹਨਾਂ ਅਨੰਦ ਵਿਦਿਆਲੇ 'ਚ ਕਈ ਸਾਲ ਪੜ੍ਹਾਈ ਕਰਾਈ ਅੰਨਿਆਂ ਦੇ ਪੜਨ ਵਾਲੀਆਂ ਕਿਤਾਬਾਂ ਮਹਿੰਗੇ ਮੋਲੂ ਹਰ ਮਹੀਨੇ ਨਵੀਆਂ ਖਰੀਦੇ ਸਨ ਉਹਨੂੰ ਸੰਗੀਤ ਸਿਖਾਉਣ ਦਾ ਵੀ ਪ੍ਰਬੰਧ ਕੀਤਾ ਹੋਇਆ ਸੀ ਮਾਪਿਆਂ ਦੀ ਇਸ ਕੁਰਬਾਨੀ ਭਰੇ ਪਿਆਰ ਨੇ ਮਾਧੂਰੀ ਦੀ ਆਤਮਾ ਚੱਖਾਂ ਨਾਲੋਂ ਵੀ ਵਡੇਰੀ ਕੋਈ ਜੋਤ ਜਗਾਤੀ ਸੀ ਉਹ ਇਸ ਵੇਲੇ ਕਿਹਾਂ ਵਰਿਆਂ ਦੀ ਹੋ ਗਈ ਸੀ ਲੋੜੀਂਦੀ ਹੋਣ ਦੇ ਅਹਿਸਾਸ ਨੇ ਉਹਦੇ ਨਕਸ਼ਾ ਉੱਤੇ ਅੰਨਿਆਂ ਦੇ ਨਕਸ਼ਾ ਵਰਗੀ ਅਹਲਤਾ ਨਹੀਂ ਸੀ ਆਉਣ ਦਿੱਤੀ ਅੱਖਾਂ 'ਚ ਜੋਤ ਨਹੀਂ ਸੀ ਪਰ ਬਨਾਵਟ ਜਿਉਂਦੀਆਂ ਅੱਖਾਂ ਵਰਗੀ ਸੀ ਜਦੋਂ ਤਰਕਾਲੀਓ ਆਪਣੇ ਕੁੱਤੇ ਸੁਬੋਧ ਦੀ ਜੰਜੀਰੀ ਫੜ ਕੇ ਸੈਰ ਕਰਨ ਜਾਂਦੀ ਤਾਂ ਕਈ ਨੌਜਵਾਨ ਉਹਦੇ ਨੇੜੇ ਆਉਂਦੀ ਹੋ ਕੇ ਲੰਘਦੇ ਤੇ ਆਪਣੇ ਸੁਬੋਧ ਨਾਲ ਗੱਲਾਂ ਕਰਦੀ ਜਾਂਦੀ ਮਧੂਰੀ ਦੀ ਅੰਨਿਆ ਹੋਣ ਦਾ ਕਿੰਨਾ ਕਿੰਨਾ ਚੇਰ ਉਹਨਾਂ ਨੂੰ ਪਤਾ ਨਾ ਲੱਗਦਾ ਸੁਬੋਧ ਉਹਨੂੰ ਦੋ ਦੋ ਮੀਲ ਲੰਮੀ ਸੈਰ ਕਰਵਾ ਲਿਆਉਂਦਾ ਜਦੋਂ ਕੋਈ ਖਤਰਾ ਵੇਖਦਾ ਮਧੂਰੀ ਦੀਆਂ ਲੱਤਾਂ 'ਚ ਅੜਖੜਉਂਦਾ ਮਧੂਰੀ ਉਹਦੇ ਇਸ਼ਾਰਿਆਂ ਲਈ ਚੌਕਸ ਰਹਿੰਦੀ ਲੋਕੀ ਕੁੱਤੇ ਵਾਲੀ ਕੁੜੀ ਨੂੰ ਹਮਦਰਦੀ ਨਾਲ ਯਾਦ ਕਰਦੇ ਤੇ ਉਹਦੀ ਸੈਰ ਬੇਖਤਰ ਰੱਖਣ ਦਾ ਯਤਨ ਕਰਦੇ ਸੈਰ ਕਰਾ ਕੇ ਸਬੋਹ ਜਦੋਂ ਮਧਰੀ ਨੂੰ ਲਿਆ ਕੇ ਉਹਦਾ ਉਹਦੀ ਆਰਾਮ ਕੁਰਸੀ ਦੇ ਕੋਲ ਪਹੁੰਚਾ ਦਿੰਦਾ ਜੰਜੀਰੀ ਢਿੱਲੀ ਹੋ ਜਾਂਦੀ ਹੱਥਾਂ ਨਾਲ ਵਾਈਆਂ ਟੋਕੇ ਮਧਰੀ ਬਹਿ ਜਾਂਦੀ ਤਾਂ ਉਹ ਬਾਹਾਂ ਖੋਲਦੀ ਤੇ ਅਗਲੀਆਂ ਲੱਤਾਂ ਚੁੱਕ ਸਬੋਹ ਉਹਦੀ ਪਤਲੀ ਕਮਰ ਦੁਆਲੇ ਪਾ ਲੈਂਦਾ ਤੇ ਪਿਆਰ ਨਾਲ ਚਲਾਈ ਉਹਦੀ ਬੂਥੀ ਹੱਥਾਂ 'ਚ ਫੜ ਕੇ ਮਧੂਰੀ ਆਪਣੀ ਹਿੱਕ ਨਾਲ ਘੁੱਟ ਲੈਂਦੀ ਤੇ ਜਿੰਨਾ ਚਿਰ ਆਪ ਉਹਨੂੰ ਛੁੱਟੀ ਨਾ ਦਿੰਦੀ ਉਸੇ ਤਰ੍ਹਾਂ ਉਹਦੇ ਨਾਲ ਲੱਗਾ ਰਹਿੰਦਾ। ਗਲਵੱਕੜੀ ਮਾਦਰੀ ਦੀ ਟੋਣੀ ਸੀ ਜਿਸ ਕਿਸੇ ਨੂੰ ਉਹਦੇ ਰੇ ਜਾਣਣਾ ਚਾਹੁੰਦੀ ਉਹਨੂੰ ਉਹ ਗਲਵੱਕੜੀ ਪਾਉਂਦੀ ਤੇ ਜੇ ਉਹ ਮਨੁੱਖ ਹੋਵੇ ਤਾਂ ਉਹਦੇ ਬੋਲ ਨਾਲ ਉਹਦੇ ਜਿਸਮ ਦੀ ਛੋਹ ਮੇਲਦੀ ਤੇ ਯਾਦ ਰੱਖਦੀ। ਬਿਨ ਬੋਲੇ ਉਹਨਾਂ ਦੇ ਉਹ ਮਾਂ ਪਿਓ ਤੇ ਸਹੇਲੀਆਂ ਨੂੰ ਗਲਵੱਕੜੀ ਰਾਹੀਂ ਪਛਾਣ ਲੈਂਦੀ ਸੀ। ਕਈ ਚੀਜ਼ਾਂ ਦੀ ਪਛਾਣ ਵੀ ਉਹ ਇਸੇ ਤਰ੍ਹਾਂ ਹੀ ਕਰਦੀ ਸੀ। ਉਹਨਾਂ ਦੇ ਵੇੜੇ 'ਚ ਇੱਕ ਚੰਗੀ ਉਮਰ ਦਾ ਪੀਪਲ ਸੀ। ਗਰਮੀਆਂ ਦੀ ਰੁੱਤੇ ਸਰਕ ਦੀ ਪੌਣ ਚੋ ਦੀ ਛਾਵੇਂ ਕਿੰਨਾ ਕਿੰਨਾ ਚਿਰ ਬੈਠੀ ਉਹ ਆਪਣੀ ਮਿੱਟੀ ਦੁਨੀਆ ਚ ਉਹਦੀ ਸਰਸਰ ਸੁਣਦੀ ਰਹਿੰਦੀ ਤੇ ਉੱਠਣ ਲੱਗਿਆ ਉਹਨੂੰ ਗਲਵੱਕੜੀ ਪਾਉਂਦੀ ਤੇ ਜਿੱਥੋਂ ਤੱਕ ਉੱਚੇ ਉਹਦੇ ਹੱਥ ਪਹੁੰਚ ਸਕਦੇ ਉਹਦੀਆਂ ਗੰਡਾਂ ਉਹਦੇ ਵੱਟਾਂ ਉੱਤੇ ਪੋਟੇ ਫੇਰਦੀ ਕਈ ਵਾਰੀ ਬੁੱਲਾਂ ਨਾਲ ਚੁੰਮ ਕੇ ਆਖਦੀ ਜਦੋਂ ਕਦੇ ਪਿਪਲਾ ਰਾਤੀ ਨੀਂਦ ਨਹੀਂ ਆਉਂਦੀ ਆਂਦੀਆਂ ਕਦੋਂ ਪ੍ਰਭਾਤ ਹੋਵੇ ਤੇਰੇ ਸੈਂਕੜੇ ਪੱਤੇ ਮੇਰੀ ਦੁਨੀਆ ਸਰਸਰਾ ਦਿੰਦੇ ਨੇ ਇੱਕ ਸਵੇਰੇ ਉਹਦੀ ਮਾਂ ਜੇ ਮੰਝੀਆਂ ਉੱਠੀ ਨਹੀਂ ਸੀ ਕਿ ਉਹਨੂੰ ਵਿਹੜੇ 'ਚ ਗੱਲਾਂ ਕਰਦੇ ਕਿਸੇ ਦੀ ਆਵਾਜ਼ ਆਈ ਕਾਲੀ ਨਾਲ ਉੱਠ ਕੇ ਵੇਖਿਆ ਮਾਧੂਰੀ ਪਿੱਪਲ ਗੱਲ ਲੱਗੀ ਕਹਿ ਰਹੀ ਸੀ ਪਿੱਪਲਾ ਪਿੱਪਲਾ ਅੱਜ ਰਾਤੀ ਮੈਂ ਤੇਰੀ ਸਿਖਰ ਟਾਣੀ ਤੇ ਚੜ ਗਈ ਸਾਂ ਮੈਨੂੰ ਉੱਥੋਂ ਦੁਨੀਆ ਚਾਨਣੀ ਦੇਸੀ ਮੈਂ ਬੜਾ ਕੁਝ ਵੇਖਿਆ ਸ਼ੁਕਰੀਏ ਦਾ ਚੁੰਮਣ ਮੇਰਾ ਲੈ ਲੈ ਮਾਧੂਰੀਏ ਕਿਹਦੇ ਨਾਲ ਗੱਲਾਂ ਕਰਨੀਆਂ ਮਾਂ ਨੇ ਪੁੱਛਿਆ ਆਓ ਆਓ ਮਾਂਜੀ ਇੱਥੇ ਆਓ ਤੁਹਾਨੂੰ ਦੱਸਾਂ ਅੱਜ ਰਾਤੀ ਮੈਂ ਪਿੱਪਲ ਦੀ ਸਿਖਰੇ ਚੜ ਗਈ ਉੱਥੇ ਨੇਰਾ ਕੋਈ ਨਹੀਂ ਸੀ ਮੈਂ ਤੁਹਾਨੂੰ ਵੀ ਵੇਖ ਲਿਆ ਤੁਸੀਂ ਸੋਹਣੇ ਦਿਸੇ ਮਾਂ ਨੇ ਧੀ ਨੂੰ ਗੱਲ ਨਾਲ ਲਾ ਲਿਆ ਤੇ ਹੋਕਾ ਭਰਿਆ ਆ ਭਾਗਣ ਮਾਂ ਦੀ ਬੱਚੀ ਮੇਰੀ ਤੁਸੀਂ ਆ ਭਾਗਣ ਕਿਉਂ ਸੱਚੀ ਮੰਨਣਾ ਤੁਸੀਂ ਮੈਨੂੰ ਬੜੀ ਸੋਹਣੇ ਦਿਸੇ ਕਦੇ ਮੈਂ ਮੂਰਤ ਵਾ ਸਕਦੀ ਹੁੰਦੀ ਮਾਂ ਦੇ ਨਕਸ਼ੇ ਉੱਤੇ ਹੌਲੀ-ਹੌਲੀ ਪੋਟੇ ਫੇਰ ਕੇ ਮੁੜ ਉਹਨੇ ਕਿਹਾ ਹਾਂ ਮਾਂ ਜੀ ਇਹੋ ਜਿਹੀ ਸੋਹਣਾ ਮੂੰਹ ਇਹੋ ਜਿਹੀ ਸੋਹਣਾ ਮੱਥਾ ਤੇ ਮਾਦਰੀ ਨੇ ਮਾਂ ਦੇ ਬੁੱਲਾਂ ਨਾਲ ਬੁੱਲ ਲਾ ਕੇ ਕਿਹਾ ਖੂਬ ਹੂ ਇਹੋ ਜਿਹੀ ਬੁੱਲ ਮੈਂ ਤੁਹਾਡੇ ਵੇਖੇ ਤੁਸੀਂ ਕਿੱਡੇ ਸੋਹਣੇ ਹੋ ਮਾਂ ਜੀ ਮਾਦਰੀ ਕਦੀ ਆਪਣੀ ਮਾਂ ਨੂੰ ਅਫਸੋਸ ਕਰਨ ਨਾ ਕਰਨ ਦੇਂਦੀ ਕਿ ਉਹਦਾ ਇਲਾਜ ਉਹ ਨਹੀਂ ਸੀ ਕਰਵਾ ਸਕੇ ਜਿਸ ਕਰਕੇ ਉਹਦੀ ਦੁਨੀਆ ਸਦਾ ਲਈ ਹਨੇਰੀ ਹੋ ਗਈ। ਇੰਉਂ ਨਾ ਆਖਿਆ ਕਰੋ ਉਹ ਮਾਂ ਦੇ ਗਲ ਬਾਵਾ ਪਾ ਲੰਦੀ। ਮੇਰੀ ਦੁਨੀਆ ਹਨੇਰੀ ਕਿੱਦਰ ਹੋਈ? ਮੇਰੀਆਂ ਉਂਗਲਾਂ ਦੇ ਪੋਟੇ-ਪੋਟੇ ਤੁਸੀਂ ਅੱਖ ਬਣਾ ਦਿੱਤਾ ਏ। ਇਹਨਾਂ ਪੋਟਿਆਂ ਨਾਲ ਮੈਂ ਧਰਤੀ ਤੇ ਇਹਦੇ ਲੋਕਾਂ ਦੀ ਕਹਾਣੀ ਦੀ ਅਖੀਰਲੀ ਜिल्ਦ ਵੀ ਅੱਜ ਮੁਕਾ ਲਈਏ ਕਿੱਡੀ ਸੋਹਣੀ ਨੇ ਸਾਰੇ ਲੋਕ ਕਿੱਡੀ ਸੋਹਣੀ ਹੈ ਉਹਨਾਂ ਦੇ ਦੇਸਾਂ ਦੀ ਧਰਤੀ ਮਾਧੂਰੀ ਦੇ ਖੇੜੇ ਨੇ ਮਾਂ ਪਿਓ ਦੀ ਹੋਕਿਆਂ ਭਰੀ ਹਸਰਤ ਨੂੰ ੜਕ ਤਸੱਲੀ ਦੇ ਅਮਲ 'ਚ ਵਟਾ ਕੇ ਜ਼ਿੰਦਗੀ ਆਸਯੋਗ ਬਣਾ ਦਿੰਦੀ ਨੀਰੀ ਰੱਬ ਦੀ ਨਹੀਂ ਮਾਧੂਰੀ ਸਾਡੀ ਕਿਰਤ ਵੀ ਹੈ ਸੋਚ ਕੇ ਦੋਵੇਂ ਖੁਸ਼ ਹੋ ਜਾਂਦੇ ਕਈ ਪਰਖ ਵਾਲਿਆਂ ਨੂੰ ਤਾਂ ਮਾਦਰੀ ਸਾਰੀ ਉਹਦੀ ਮਾਪਿਆਂ ਦੀ ਕਿਰਤੀ ਦਿੱਸਦੀ ਤੇ ਉਹ ਇਸ ਨਿਰਮਾਨ ਜੋੜੇ ਦੀ ਦਿਲੋਂ ਦਾਤ ਦਿੰਦੇ ਜਿਨ੍ਹਾਂ ਕਦੇ ਕੋਈ ਗੈਰ ਜ਼ਰੂਰੀ ਸਫ਼ਰ ਨਹੀਂ ਸੀ ਕੀਤਾ ਕਦੇ ਸਿਨੇਮਾ ਨਹੀਂ ਸੀ ਤੱਕਿਆ ਜਿਨ੍ਹਾਂ ਅੰਗ ਸਾਕ ਛੱਡ ਦਿੱਤੇ ਰਸਮਾਂ ਛੱਡ ਦਿੱਤੀਆਂ ਇੱਕੋ ਮਾਦਰੀ ਦੀ ਦੁਨੀਆ ਨੂੰ ਸੁੱਚਜਿਤਾ ਦੀਆਂ ਕਿਰਨਾਂ ਨਾਲ ਰੌਸ਼ਨ ਰੱਖਣ ਲਈ ਉਹ ਜਿਉਂ ਰਹੇ ਸਨ ਇੱਕ ਸ਼ਾਮ ਉਹਨਾਂ ਦੇ ਘੂਏ ਅੱਗੇ ਮੋਟਰ ਨੇ ਹਾਰਨ ਕੀਤਾ ਬੂਆ ਖੜ ਗਿਆ ਮੋਟਰ ਵਾਲਾ ਕੋਈ ਉਹਨਾਂ ਦਾ ਸਾਖ ਨਹੀਂ ਸੀ ਨਾ ਕੋਈ ਦੋਸਤ ਹੀ ਸੀ ਛੇਤੀ ਛੇਤੀ ਮਾਦਰੀ ਦੀ ਮਾਂ ਬਾਹਰ ਆਈ ਸਬੋਧ ਦੇ ਗੱਲ ਜੰਜੀਰੀ ਵਲੀ ਹੋਈ ਉਹ ਕਾਰ ਚੋਂ ਨਿਕਲ ਮਾਂ ਦੀਆਂ ਲੱਤਾਂ ਨਾਲ ਚੰਬੜ ਗਿਆ ਤੇ ਮਾਦਰੀ ਕਿੱਥੇ ਹੈ ਘਬਰਾਈ ਮਾਂ ਨੇ ਸਬੋਧ ਨੂੰ ਇਕੱਲਿਆਂ ਵੇਖ ਕੇ ਪੁੱਛਿਆ ਇਹਨੇ ਨੂੰ ਇੱਕ ਨੌਜਵਾਨ ਮੋਟਰ ਚ ਉਤਰਿਆ ਤੇ ਮਾਂ ਨੂੰ ਪ੍ਰਣਾਮ ਕਰਕੇ ਬੋਲਿਆ ਤੁਸੀਂ ਘਬਰਾਓ ਬਿਲਕੁਲ ਨਾ ਮਾਦਰੀ ਨੂੰ ਕੁਝ ਨਹੀਂ ਹੋਇਆ ਮਾਦਰੀ ਗੱਡੀ ਵਿੱਚ ਹੈ ਤੇ ਸਬੋਧ ਉੱਛਲ ਉੱਛਲ ਕੇ ਮੋਟਰ ਦੇ 바ਰੀ ਚ ਟੱਕ ਰਿਹਾ ਸੀ ਤੇ ਬੋਲਦੀ ਕਿਉਂ ਨਹੀਂ ਉਤਰਦੀ ਕਿਉਂ ਨਹੀਂ ਕਿ ਮੋਟਰ ਥਲੇ ਆ ਗਈ ਏ ਮਾਂ ਮੋਟਰ ਬਲਦੌੜੀ ਨੌਜਵਾਨ ਨੇ ਬੜੇ ਆਦਬ ਨਾਲ ਥੰਮ ਕੇ ਆਖਿਆ ਮਾਂ ਜੀ ਪਹਿਲਾਂ ਸਾਰੀ ਗੱਲ ਸੁਣ ਲਓ ਕਬਰਾਂ ਵਾਲੀ ਕੋਈ ਗੱਲ ਨਹੀਂ ਸਿਰਫ ਮਾਧਰੀ ਬੇਹੋਸ਼ ਹੋ ਗਈ ਹੈ ਮੈਂ ਮਰ ਜਾ ਉਹ ਤਾਂ ਸੜਕ ਉੱਤੇ ਕਦੀ ਚੜੀ ਨਹੀਂ ਹਮੇਸ਼ਾ ਲੰਬੇ ਰਾਹ ਉੱਤੇ ਸਬੋਧ ਦੇ ਪਿੱਛੇ ਪਿੱਛੇ ਰਹਿੰਦੀ ਏ ਸੜਕ ਉੱਤੇ ਬਿਲਕੁਲ ਨਹੀਂ ਚੜੀ ਕੋਈ ਟੱਕਰ ਨਹੀਂ ਹੋਈ ਤੁਸੀਂ ਮੇਰੀ ਗੱਲ ਸੁਣ ਲਓਗੇ ਤਾਂ ਸਾਰੀ ਚਿੰਤਾ ਦੂਰ ਹੋ ਜਾਏਗੀ ਮੋਟਰ ਦੇ ਖੁੱਲੇ ਬੂਏ ਰਾਈਂ ਚੜ ਕੇ ਸਬੋਧ ਡਰਾਈਵਰ ਦੀ ਸੀਟ ਉੱਤੇ ਖਲੋ ਕੇ ਪਿਛਲੀ ਸੀਟ ਤੇ ਲਟਾਈ ਆਪਣੀ ਸੁਹਾਣੀ ਵੱਲ ਵੇਖ ਰਿਹਾ ਸੀ ਹਾਂ ਦੱਸੋ ਛੇਤੀ ਦੱਸੋ ਨੌਜਵਾਨ ਦੇ ਮੂੰਹ ਵੱਲ ਤੱਕ ਕੇ ਮਾਂ ਨੇ ਕਿਹਾ ਤੁਸੀਂ ਮੈਨੂੰ ਚੰਗੇ ਦਿਖਦੇ ਹੋ ਰੱਬਾ ਤੁਸੀਂ ਚੰਗੇ ਆਦਮੀ ਹੋਵੋ ਮਾਂ ਦਾ ਮੂੰਹ ਤਰਲੇ ਦਾ ਰੂਪ ਬਣ ਗਿਆ ਮਾਂ ਦੀ ਤੁਹਾਡੀ ਬੀਬੀ ਜਿਸ ਤਰ੍ਹਾਂ ਤੁਸਾਂ ਦੱਸਿਆ ਇਸ ਚੰਗੇ ਕੁੱਤੇ ਨਾਲ ਤੁਰੀ ਜਾ ਰਹੀ ਸੀ ਮੈਂ ਨਾ ਦੋਹਾਂ ਨੂੰ ਕਈ ਵਾਰ ਅੱਗੇ ਵੀ ਇਸ ਤਰ੍ਹਾਂ ਤੁਰਦਿਆਂ ਵੇਖਿਆ ਹੋਇਆ ਸੀ ਤੇ ਅੱਜ ਕੁਝ ਵੀਲ ਸੀ ਐਵੇਂ ਬੀਬੀ ਦਾ ਮੂੰਹ ਵੇਖਣ ਲਈ ਉਤਸਕ ਹੋ ਗਿਆ ਲੰਬੇ ਰਾਹ ਦੇ ਕੋਲੋਂ ਦੀ ਮੋਟਰ ਲੰਘਾ ਰਿਆ ਸਾਂ ਬੀਬੀ ਕੋਲ ਪਹੁੰਚਿਆ ਹੀ ਸਾਂ ਕਿ ਇੱਕਾ ਇੱਕ ਖੱਬੇ ਪਾਸੇ ਦਾ ਟਾਇਰ ਬਰਸਟ ਹੋ ਗਿਆ ਐਡਾ ਧਮਾਕਾ ਹੋਇਆ ਕਿ ਮੇਰੇ ਆਪਣਾ ਵੀ ਤਰਲਾ ਨਿਕਲ ਗਿਆ ਤੇ ਬੀਬੀ ਨੂੰ ਮੈਂ ਲੜਖੜਾਉਂਦੀ ਤੇ ਡਿੱਗਦੀ ਵੇਖਿਆ ਹਾਏ ਚਾਂਚਕ ਡਿੱਗੀ ਨੂੰ ਸੱਟਾਂ ਲੱਗੀਆਂ ਹੋਣਗੀਆਂ ਬਿਲਕੁਲ ਨਹੀਂ ਸਿਰਫ ਅਜੇ ਤੱਕ ਹੋਸ਼ ਨਹੀਂ ਆਈ ਤੁਸੀਂ ਜ਼ਰਾ ਨਾ ਘਬਰਾਓ ਬੀਬੀ ਨੂੰ ਅੰਦਰ ਲਿਟਾ ਕੇ ਮੈਂ ਮਿੰਟਾਂ 'ਚ ਡਾਕਟਰ ਨੂੰ ਲੈ ਆਉਣਾ ਠੀਕ ਮਾਦਰੀ ਨੂੰ ਧਮਾਕਾ ਹੀ ਲੱਗਾ ਸੀ ਐਡਾ ਧਮਾਕਾ ਉਸ ਕਦੀ ਸੁਣਿਆ ਨਹੀਂ ਸੀ ਆਪਣੇ ਉੱਤੇ ਕੁਝ ਫਟਦਾ ਉਸ ਸੁਣਿਆ ਸੀ ਉਹ ਡਿੱਗ ਪਈ ਇਸ ਹਾਦਸੇ ਨੇ ਮਧੂਰੀ ਦੇ ਮਾਤਾ ਪਿਤਾ ਨੂੰ ਇੱਕ ਦੋਸਤ ਦੇ ਦਿੱਤਾ ਪਰ ਇਹ ਦੋਸਤ ਕਿਸੇ ਮਿਲ ਮਾਲਕ ਦਾ ਪੁੱਤਰ ਸੀ ਉਹਨਾਂ ਦੀ ਦੁਨੀਆ ਦੀ ਵੱਸੋਂ ਨਹੀਂ ਸੀ ਇਸ ਲਈ ਇਹ ਦੋਸਤੀ ਉਹਨਾਂ ਨੂੰ ਬੇਅਰਥ ਜੀ ਜਾਪੀ ਜਿਸ ਚਾਰ ਨਾਲ ਉਹਨਾਂ ਦੇ ਘਰ ਆਉਂਦਾ ਉਸ ਚਾਰ ਨਾਲ ਉਹਨੂੰ ਕਦੇ ਉਹਨੂੰ ਮਿਲਦੇ ਨਹੀਂ ਸੀ ਪਰ ਇਹ ਆਦਮੀ ਮਾੜਾ ਨਹੀਂ ਮਾਂ ਨੇ ਆਪਣੇ ਪਤੀ ਨੂੰ ਆਖਿਆ ਨਹੀਂ ਮਾੜਾ ਹੋਣਾ ਪਰ ਇਹਦੇ ਪਿਓ ਦੀ ਮਿਲ ਚਾਹੀ ਦਿਨ ਹੜਤਾਲ ਹੁੰਦੀ ਰਹਿੰਦੀ ਕਈ ਵਾਰੀ ਮਜ਼ਦੂਰ ਕੁੱਟੇ ਗਏ ਨੇ ਪਿਓ ਨੇ ਸਿਰ ਫੇਰ ਕੇ ਆਖਿਆ ਤੇ ਜਦੋਂ ਇਹ ਗੱਲ ਯਾਦ ਕਰਦੀਆਂ ਤਾਂ ਉਹਦਾ ਘਰ ਆਉਣਾ ਜ਼ਰਾ ਚੰਗਾ ਨਹੀਂ ਲੱਗਦਾ ਕਈ ਵਾਰੀ ਜੀਚ ਆਇਆ ਵੀ ਕਿ ਉਹਨੂੰ ਸਾਫ਼ ਆਖਦੇ ਆ ਫਿਰ ਆਖ ਕੇ ਉਹ ਨਹੀਂ ਦਿੰਦੀ ਪਰ ਮੁਕਾ ਪਵਾੜਾ ਲੋਕਾਂ ਵੀ ਗੱਲਾਂ ਕਰਨ ਲੱਗ ਪੈਣੀਆਂ ਨੇ ਚੰਗਾ ਮੈਂ ਮਾਦਰੀ ਨਾਲ ਗੱਲ ਕਰਾਂਗੇ ਉਹਦੀ ਖਾਲੀ ਦੁਨੀਆ 'ਚ ਕਿਸੇ ਤਰ੍ਹਾਂ ਕੋਈ ਆਇਆ ਮਤੇ ਉਹਨੂੰ ਚੰਗਾ ਹੀ ਲੱਗਾ ਹੋਵੇ ਮਾਂ ਨੇ ਦੂਜੀ ਵਾਰੀ ਸੋਚ ਕੇ ਜਵਾਬ ਦਿੱਤਾ ਮਾਦਰੀ ਨੇ ਮਾਪਿਓ ਤੱਕੀ ਭਾਵੇਂ ਸਭੋਤ ਜੱਡਾ ਚੰਗਾ ਵੀ ਹੋ ਜੇ ਨਹੀਂ ਸੀ ਲੱਗਾ ਪਰ ਉਹਦੇ ਨਾਲ ਕਦੇ-ਕਦੇ ਸਹਿਰਬ ਦੇ ਦਿਲਚਸਪ ਜ਼ਰੂਰ ਹੋ ਗਈ ਸੀ ਮਾਂ ਨੇ ਮੋਟਰ ਵਾਲੇ ਨੂੰ ਵਰਜਿਆ ਨਾ ਨਾਲੇ ਹੁਣ ਉਸ ਮੋਟਰ ਉੱਤੇ ਉਹਨਾਂ ਦੇ ਘਰ ਆਉਣਾ ਛੱਡ ਦਿੱਤਾ ਸੀ ਉਹਦਾ ਨਾਂ ਹੀਰਾ ਲਾਲ ਸੀ ਹੀਰੇ ਲਾਲਾਂ ਦੇ ਮਾਲਕਾਂ ਲਈ ਉਹਨਾਂ ਦਾ ਘਰ ਮਸ਼ਹੂਰ ਸੀ ਉਹਦੇ ਪਿਓ ਦੀ ਸੋਟੀ ਦੀ ਮੁੱਠ ਵਿੱਚ ਹੀਰੇ ਲਾਲ ਜੜੇ ਸਨ ਉਹਦੇ ਪੁੱਤਰਾਂ ਦੇ ਨਾਂ ਵੀ ਹੀਰੇ ਪੰਨੇ ਨਾਲ ਲਾ ਲਈ ਸਨ ਪਰ ਜਿਹੜੀ ਦੌਲਤ ਉਹਨੇ ਮਧੂਰੀ ਦੇ ਘਰ ਵਿੱਚ ਵੇਖੀ ਉਹਦੇ ਹੀਰੇ ਲਾਲ ਦੀਆਂ ਅੱਖਾਂ ਚੁੰਧਿਆ ਦਿਤੀਆਂ ਉਹਦੇ ਆਪਣੇ ਘਰ ਚ ਕਿਸੇ ਸੁ ਜਾਖੇ ਬੱਚੇ ਲਈ ਕੋਈ ਇਉਂ ਨਹੀਂ ਸੀ ਤੜਪਿਆ ਜਿਵੇਂ ਅੰਨੀ ਮਧਰੀ ਲਈ ਉਹਦੇ ਮਾਪਿਓ ਤੜਪਦੇ ਸਨ ਉਹਦੇ ਘਰ ਵਿੱਚ ਕੋਈ ਕਿਸੇ ਨੂੰ ਇਉਂ ਨਹੀਂ ਸੀ ਉਡੀਕਦਾ ਜਿਵੇਂ ਸੈਰੋ ਮੁੜਦੀ ਮਧਰੀ ਨੂੰ ਉਹਦੀ ਮਾਂ ਉਡੀਕਦੀ ਸੀ ਤੇ ਮਧਰੀ ਦੇ ਸੁਪਨੇ ਕਿਹੋ ਜੀ ਦੌਲਤ ਸਾਨੂੰ ਉਹ ਹੀਰਾ ਲਾਲ ਨੂੰ ਕਹਿੰਦੀ ਹੁੰਦੀ ਸੀ ਕਿ ਉਹਦੇ ਮਾਪਿਓ ਜਦੋਂ ਬੁੱਢੇ ਹੋ ਜਾਣਗੇ ਉਦੋਂ ਤੱਕ ਉਹ ਸੰਗੀਤ ਚ ਨਿਪੁੰਨ ਹੋ ਚੁੱਕੀ ਹੋਏਗੀ ਅੰਨੀ ਮਾਦਰੀ ਦੀ ਆਵਾਜ਼ ਦੇ ਰਿਕਾਰਡ ਭਰੇ ਜਾਣਗੇ ਤੇ ਸਾਰੇ ਦੇਸ਼ 'ਚ ਉਹਦੀ ਆਵਾਜ਼ ਉਡੇਕੀ ਜਾਏਗੀ ਪਰ ਉਦੋਂ ਉਹਦਾ ਨਾਮ ਮਾਦਰੀ ਨਹੀਂ ਹੋਏਗਾ ਉਹ ਚੰਦਨ ਪੁਤਰੀ ਸਦਵਾਇਆ ਕਰੇਗੀ ਚੰਦਨ ਦੇਵੀ ਉਹਦੀ ਮਾਂ ਦਾ ਨਾਮ ਸੀ ਮਾਦਰੀ ਦੇ ਘਰ ਤਰਤੀ ਤੇ ਤਰਤੀ ਦੇ ਲੋਕਾਂ ਦੀਆਂ ਗੱਲਾਂ ਹੁੰਦੀਆਂ ਸੀ ਉਹਦਾ ਪਿਓ ਰੋਜ਼ਾਨਾ ਅਖਬਾਰ ਪੜ੍ਹ ਕੇ ਧੀ ਨੂੰ ਸੁਣਾਇਆ ਕਰਦਾ ਸੀ ਮਾਦਰੀ ਰੋਜ਼ਾਨਾ ਉਹਨੂੰ ਗਾਂ ਕੇ ਸੁਨਿਆ ਕਰਦੀ ਸੀ ਤੇ ਮਾਦਰੀ ਦੀ ਮਾਂ ਤਾਂ ਕੁਰਬਾਨੀ ਦੀ ਪੁੱਤਲੀ ਸੀ ਉਹਨੂੰ ਬਿਮਾਰ ਹੋਈ ਕਿਸੇ ਸੁਣਿਆ ਨਹੀਂ ਸੀ ਤੇ ਕਦੀ ਕਿਸੇ ਨੂੰ ਰੋਟੀ ਦੇਣ ਨਾਲ ਨਹੀਂ ਸੀ ਮਿਲੇ ਹੀਰਾ ਲਾਲ ਦੇ ਆਪਣੇ ਘਰ ਚ ਹਰ ਕੋਈ ਹਰ ਕਿਸੇ ਨਾਲ ਝਗੜਦਾ ਰਹਿੰਦਾ ਸੀ ਮਾੜੀ ਪੱਕੀ ਰੋਟੀ ਤੋਂ ਝਗੜਾ ਘਰ ਆਈਆਂ ਚੀਜ਼ਾਂ ਤੋਂ ਝਗੜਾ ਵੱਧ ਘਟ ਜੀਬ ਖਰਚ ਤੋਂ ਝਗੜਾ ਤੇ ਕਾਰਖਾਨੇ ਦੇ ਕੰਮਾਂ ਤੇ ਨਿਤ ਕਲੇਸ਼ ਮਜ਼ਦੂਰਾਂ ਦੇ ਉਹਨਾਂ ਦੇ ਬੂਏ ਅੱਗੇ ਹੁੰਦੇ ਸੀ ਆਪੇ ਦਿਲਾਂ ਦੀ ਦੌਲਤ ਨਾਲ ਭਰੇ ਮਾਦਰੀ ਦੇ ਘਾਰੇਕ ਕਿਣਕਾ ਵੀ ਉਹ ਆਪਣੇ ਹਿੱਸੇ ਆਉਂਦੇ ਹੀਰੇ ਪੰਨੇ ਜਵਾਰਾਂ ਨਾਲ ਖਰੀਦਣ ਨੂੰ ਤਿਆਰ ਹੋ ਗਿਆ ਸੀ ਆਪਣੇ ਚਾਨਣ ਚੰਧਾਈ ਦੁਨੀਆ ਦੀ ਸਾਰੇ ਦਿਨੋਂ ਮਾਦਰੀ ਦੀ ਸੁਪਨਿਆਂ ਕਰਨਾਈ ਇੱਕ ਰਾਤ ਨਾਲ ਬਟਾਉਣ ਲਈ ਸੈਕਣ ਲੱਗ ਪਿਆ ਸੀ ਮਾਦਰੀ ਨਾਲ ਸੈਰ ਕਰਨ ਜਾਣ ਦੀ ਆਗਿਆ ਉਹਨੇ ਉਹਦੇ ਮਾਪਿਓ ਕੋਲੋਂ ਮੰਗ ਲਈ ਸੀ परमआदरी ਦਾ ਹੱਥ ਫੜ ਕੇ ਤੁਰਨ ਦੀ ਆਗਿਆ ਸੁਬੋਧ ਨੇ ਉਹਨੂੰ ਨਹੀਂ ਸੀ ਦਿੱਤੀ ਤੇ ਜੇ ਉਹ ਦਾ ਹੱਥ ਫੜਿਆ ਵੇਖ ਲੈਂਦਾ ਤਾਂ ਉਸੇ ਵੇਲੇ ਅੜਕ ਲੋਂਦਾ ਤੇ ਬੋਂ ਬੋਂ ਕਰਕੇ ਸਾਰੀ ਸੜਕ ਸਿਰ ਤੇ ਚੁੱਕ ਲੈਂਦਾ ਤੇ ਜਿੱਨਾਂ ਚਿਰ ਮਾਧਰੀ ਹੀਰਾ ਲਾਲ ਦਾ ਹੱਥ ਫੜ ਕੇ ਸੁਬੋਧ ਦੀ ਜ਼ੰਜੀਰੀ ਦੇ ਅਸਰੇ ਤੁਰਨਾ ਮੰਜ਼ੂਰ ਨਾ ਕਰਦੀ ਉਹ ਇੱਕ ਕਦਮ ਨਾ ਪੁੱਟਣ ਦਿੰਦਾ ਮਾਧਰੀ ਹੱਸ ਕੇ ਹੀਰਾ ਲਾਲ ਨੂੰ ਆਖਦੀ ਤੁਹਾਡੇ ਨਾਲੋਂ ਪਹਿਲਾਂ ਮੇਰਾ ਦੋਸਤ ਸੁਬੋਧ ਹੀ ਹੈ ਸਮਝੌਤਾ ਹੋ ਜਾਂਦਾ ਔਰ ਰਾਜੀ ਖੁਸ਼ੀ ਤੁਰੇ ਜਾਂਦੇ ਉਹਨਾਂ ਦੇ ਇੱਕ ਦੂਜੇ ਨਾਲ ਗੱਲਾਂ ਕਰਨ ਉੱਤੇ ਸੁਭੋਦ ਨੂੰ ਕੋਈ ਇਤਰਾਜ਼ ਨਹੀਂ ਸੀ ਮਾਧਰੀ ਮਾਦਰੀ ਦੀ ਮਾ ਮਾਦਰੀ ਦਾ ਪਿਓ ਮਾਦਰੀ ਦਾ ਘਰ ਮਾਦਰੀ ਦੇ ਘਰ ਦਾ ਚੈਨ ਮਾਦਰੀ ਦੇ ਘਰ ਚ ਇੱਕ ਦੂਜੇ ਦਾ ਆਦਰ ਸਭੇ ਹੀਰਾ ਲਾਲ ਨੂੰ ਆਪਣੇ ਹੀਰਿਆਂ ਲੱਦੇ ਵਿਰਸੇ ਨਾਲੋਂ ਵੱਡਮੁੱਲੇ ਦਿਸਣ ਲੱਗ ਪਏ ਮਾਦਰੀ ਦਾ ਪਿਓ ਕਲਰਕ ਸੀ ਹੁਣ ਆਪਣੀ ਕਲਰਕਾਂ ਦੇ ਬੱਚਿਆਂ ਦੀ ਸੁੱਖ ਪੁੱਛਦਾ ਸੀ ਮਾਦਰੀ ਕਲਰਕ ਦੀ ਬੱਚੀ ਸੀ ਕਲਰਕਾਂ ਨਾਲੋਂ ਦੇ ਪਿਓ ਦਾ ਰਵਈਆ ਕਈ ਵਾਰ ਨੂੰ ਛਿੱਥੀਆਂ ਪਾ ਦਿੰਦਾ ਸੀ ਆਪਣੇ ਕਲਰਕਾਂ ਦੀ ਜਾਣਮਾਰੀ ਤੇ ਜ਼ਿੰਮੇਵਾਰੀ ਤੋਂ ਪ੍ਰਭਾਵਿਤ ਹੋ ਕੇ ਉਹ ਹੁਣ ਆਪਣਾ ਕੰਮ ਮਿਹਨਤ ਤੇ ਜ਼ਿੰਮੇਵਾਰੀ ਨਾਲ ਕਰਨ ਲੱਗ ਪਿਆ ਸੀ। ਉਹਦੇ ਪੁਰਾਣੇ ਦੋਸਤ ਯਾਰ ਉਹਨੂੰ ਸਿਰਫ ਰਿਆਕ ਕੇ ਛੱਡਦੇ ਜਾਂਦੇ ਸੀ। ਸੇਠ ਨੂੰ ਅੱਖਾਂ ਮੀਟਨ ਦਿਓ, ਹੀਰੇ ਕੋਲੋਂ ਮਜ਼ਦੂਰਾਂ ਨੇ ਮੇਲ ਖੋ ਲੈਣੀ ਹੈ ਤੇ ਉਹ ਆਪਸ ਵਿੱਚ ਗੱਲਾਂ ਕਰਦੇ। ਪਰ ਮਜ਼ਦੂਰਾਂ ਦਾ ਰੌਂ ਸਗੋਂ ਕੁਝ ਬਦਲਿਆ ਦਿਸ ਰਿਹਾ ਸੀ। ਹੜਤਾਲ ਦਾ ਫੈਸਲਾ ਹੁੰਦਾ ਹੁੰਦਾ ਕਿੰਨੀ ਵਾਰ ਰੁਕ ਗਿਆ। ਭਾਵੇਂ ਉਹਨਾਂ ਦੀਆਂ ਸਾਰੀਆਂ ਮੰਗਾਂ ਕਦੇ ਵੀ ਨਾ ਮੰਨੀਆਂ ਗਈਆਂ ਪਰ ਹੀਰਾ ਲਾਲ ਸਮਝੌਤੇ ਦੀ ਲੜੀ ਕਦੇ ਟੁੱਟਣਾ ਨਹੀਂ ਦਿੰਦਾ। ਕੰਮਿਆਂ ਦੀ ਦੁਨੀਆ ਨੂੰ ਚੰਗੀ ਲੱਗਣ ਲੱਗ ਪਈ ਸੀ। ਉਹਦੇ ਵਿੱਚੋਂ ਉਹਨੂੰ ਮਾਧਰੀ ਵਰਗਾ ਕੁਝ ਮਹਿਸੂਸ ਹੁੰਦਾ ਸੀ। ਉਹਦੀ ਆਪਣੀ ਦੁਨੀਆ 'ਚ ਮਾਧਰੀ ਵਰਗਾ ਕੁਝ ਨਹੀਂ ਸੀ ਤੇ ਮਾਧਰੀ ਦੀ ਗੱਲ ਨਹੀਂ। ਉਹਦਾ ਖਲਮ ਖਾਲੀ ਦਿਲ ਭਰ ਦਿੱਤਾ ਸੀ। ਅੱਗੇ ਉਹ ਆਮਦਨ ਦੇ ਹਿੰਸਿਆਂ ਨਾਲ ਹੀ ਜ਼ਿੰਦਗੀ ਦੀਆਂ ਕੀਮਤਾਂ ਨੂੰ ਗਿਣਦਾ ਸੀ ਕਿੰਨੀਆਂ ਫੋਕੀਆਂ ਇਹ ਕੀਮਤਾਂ ਸਨ। ਕਿਸੇ ਦੇ ਕੰਮ ਆਇਆ, ਆਪ ਉਹਦੇ ਸ਼ੁਕਰੀਏ। ਕਿਸੇ ਕੋਲੋਂ ਡਿੱਕੇ ਜਾਣ, ਕਿਸੇ ਕੋਲੋਂ ਚਾਹੇ ਜਾਣ ਦੀ ਇੱਕ ਘੜੀ ਨਾਲ ਸੋਨੇ ਸਾਵੀਆਂ ਹੀ ਵੀ ਨਹੀਂ ਸੰਤੁਲ ਸਕਦੀਆਂ ਧੰਨਵਾਦ ਚਲਦਾ